ਉਹ ਸ਼ੀਰੀ ਦਾ ACP ਜਿਹਨੂੰ TSP ਕਹਿੰਦੇ ਆ ਉਹ ਖੂਲ ਖੜਾ ਮੇਰੇ ਖਿਆਲ 10 ਤੋਂ 15 ਜਿਹੜੀ ਜੋ ਵੀਡੀਓ ਚੱਲ ਰਹੀਆਂ ਨੇ ਪੁਲਿਸਮੈਨ ਖੜੇ ਨੇ ਜਿਸ ਟੋਲੇ ਗੋਲੀ ਲੱਗਦੀ ਆ ਉਹ ਸਾਰੀ ਪੁਲਿਸ ਹੀ ਦੌੜ ਜਾਂਦੀ ਆ ਇਹ ਇਹ ਜਿਹੜੀ ਫੌਜ ਜਾਂ ਆਰਮੀ ਵਾਲੇ ਜਾਂ ਪੰਜਾਬ ਪੁਲਿਸ ਚ ਕੋਈ ਜਿਹੜੀਆਂ ਪਾਰਲੀਮੈਂਟਰੀ ਫੋਰਸਿਸ ਨੇ ਇਹਨਾਂ ਦਾ ਸਭ ਤੋਂ ਪਹਿਲਾ ਕਿ ਪਹਿਲੀ ਗੋਲੀ ਸਾਡੇ ਲੱਗੇਗੀ ਕਿ ਦੇਸ਼ ਦੀ ਆਨ ਤੇ ਸ਼ਾਨ ਲਈ ਤੇ ਕੀ ਸੂਲਫ ਹੋਰ ਸੀ ਤੋੜ ਜੇ ਉਹਦਾ ਡੀ.ਸੀ.ਪੀ ਸਭ ਕੀ ਜਵਾਬ ਦੇਣੀ ਮੈਂ ਡੈਫੀਨਟਲੀ ਕਹਿ ਸਕਦਾ ਜਰੂਰ ਇਨਪੁਟ ਇਹਨਾਂ ਨੂੰ ਮਿਲੀ ਹੋਏਗੀ ਕਿ ਸੂਰਤੇ ਜਾਂ ਕਿਸੇ ਪੰਜਾਬ ਦੇ ਆਰਮੀ ਦੇ ਉੱਤੇ ਅਟੈਕ ਹੋ ਸਕਦਾ ਹੈ ਡੈਫੀਨਟਲੀ ਨਕਲ ਹੋਏਗੀ ਜਿਵੇਂ ਮੂਸੇਵਾਲੇ ਦੀ ਆਈ ਸੀ ਮੈਂ ਬੜੀ ਅਥਾਰਟੀ ਨਾ ਕਹਿ ਰਿਹਾ ਕਿਹਨਾਂ ਕੋਲ ਜਰੂਰ ਆਈ ਹੋਏਗੀ ਮੇਰਾ ਖਾਲ ਕੋ ਚਾਰ ਪੰਜ ਕੰਟਰੀਆਂ ਦੇ ਵਿੱਚ ਪ੍ਰਾਈਮ ਮਿਨਿਸਟਰ ਆਫ ਇੰਡੀਆ ਉਹ ਉਸ ਪਰ ਉਸ ਕੈਟਾਗਰੀ ਚ ਤੇ ਉਹਦੇ ਮਤਲਬ ਕਿ 40 ਕਿਲੋਮੀਟਰ ਤੇ ਇਹ ਇਨਸੀਡੈਂਟ ਪ੍ਰਾਈਮ ਮਿਨਿਸਟਰ ਜੀੋਂ ਤੋਂ ਪਿਲਾ ਹੋ ਰਿਹਾ ਸੀ ਸਸ਼ੀਕਾਲ ਢੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਗगन ਸ਼ਕਲਾ ਸ਼੍ਰੀ ਅਮਰ ਅਮਰਸੇ ਸਾਹਿਬ ਦੇ ਵਿੱਚ ਚਿੱਟੇ ਦਿਨੀ ਸ਼ਿਵਸਨ ਆਗੂ ਸੁਦੀਰ ਸੋਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਇਸੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਨੇ ਗੱਲਬਾਤ ਕਰਾਂਗੇ ਕਾਂਗਰਸ ਦੇ ਵੱਡੇ ਆਗੂ ਵੀ ਨੇ ਰੰਦਾਵਾ ਸਾਹਿਬ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਰਹੇ ਹੋ ਪੁਲਿਸ ਨੂੰ ਚਲਾਇਆ ਚਿੱਟੇ ਦਿਨੀ ਇੱਕ ਸ਼ਿਵਸੈਨਾ ਆਗੂ ਦਾ ਕਤਲ ਕਰਤਾ ਲਾਅ ਐਂਡ ਆਰਡਰ ਨੂੰ ਲੈ ਕੇ ਪਹਿਲਾਂ ਵੀ ਬਹੁਤ ਸਾਰੀਆਂ ਗੱਲਾਂ ਤੁਸੀਂ ਕਰਦੇ ਰਹੇ ਨੇ ਉਹ ਇਸ ਸਥਿਤੀ ਨੂੰ ਕਿਵੇਂ ਦੇਖਦੇ ਹੋ ਦੇਖੋ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਗਗਨ ਕਿ ਦਾ ਸਿਚੁਏਸ਼ਨ ਕੀ ਜਾਂ ਕੀ ਲੈ ਕੇ ਕਰ ਰਹੇ ਹੋ ਸਭ ਤੋਂ ਖਤਰਨਾਕੀ ਗੱਲ ਇਹ ਹੈ ਕਿ ਲਾਗੇ ਉਹ ਸੀਰੀ ਹੈ ਦਾ ACP ਜਿਹਨੂੰ DSP ਕਹਿੰਦੇ ਆ ਉਹ ਕੋਲ ਖੜਾ ਮੇਰੇ ਖਿਆਲ 10 ਤੋਂ 15 ਜਿਹੜੀ ਜੋ ਵੀਡੀਓ ਚੱਲ ਰਹੀਆਂ ਨੇ ਪੁਲਿਸਮੈਨ ਖੜੇ ਨੇ ਜਿਸ ਵੇਲੇ ਗੋਲੀ ਲੱਗਦੀ ਆ ਉਹ ਸਾਰੀ ਪੁਲਿਸ ਹੀ ਦੌੜ ਜਾਂਦੀ ਆ ਇਹਦੇ ਤੋਂ ਵੱਡਾ ਹੋਰ ਕੁਐਸਚਨ ਮਾਰਕ ਪੰਜਾਬ ਪੁਲਿਸ ਤੇ ਕੀ ਆ ਸਕਦਾ ਕਿ ਕਿਸੇ ਦੀ ਗੋਲੀ ਚੱਲ ਰਹੀ ਆ ਇਹ ਇਹ ਜਿਹੜੀ ਫੌਜ ਜਾਂ ਆਰਮੀ ਵਾਲੇ ਜਾਂ ਪੰਜਾਬ ਪੁਲਿਸ ਚ ਕੋਈ ਜਿਹੜੀਆਂ ਪਾਰਲੀਮੈਂਟਰੀ ਫੋਰਸਿਸ ਨੇ ਮੇਨ ਦਾ ਸਭ ਤੋਂ ਪਹਿਲਾ ਕਿ ਪਹਿਲੀ ਗੋਲੀ ਸਾਡੇ ਲੱਗੇਗੀ ਕਿ ਦੇਸ਼ ਦੀ ਆਨ ਤੇ ਸ਼ਾਨ ਲਈ ਜੀ ਤੇ ਜਿਸੂਲੇ ਫੋਰਸ ਹੀ ਤੋੜ ਜੇ ਹੂੰ ਉਹਦਾ ਡੀਜੀਪੀ ਸਾਹਿਬ ਕੀ ਜਵਾਬ ਦੇਣਗੇ ਹੂੰ ਇਹ ਕਹਿੰਦੇ ਨੇ ਕਿ ਪੁਲਿਸ ਨੇ ਫੜ ਲਿਆ ਬਿਲਕੁਲ ਝੂਠ ਕਹ ਲਿਆ ਲੋਕਾਂ ਨੇ ਘੇਰਾ ਪਾਇਆ ਪੁਲਿਸ ਨੇ ਉਹਨੂੰ ਬਚਾਇਆ ਹੂੰ ਕਿਸੇ ਘਰ ਤੇ ਕਿਸੇ ਪਰਿਵਾਰ ਦਾ ਮਰ ਜਾਣਾ ਹੂੰ ਉਸ ਪਰਿਵਾਰ ਨੂੰ ਪਤਾ ਹੁੰਦਾ ਜੀ ਇਹ ਸਰਕਾਰ ਨੇ ਸਿਰਫ ਤੇ ਸਿਰਫ ਇੱਕੋ ਹੀ ਗੱਲ ਕੀਤੀ ਹੈ ਕਿ ਅਸੀਂ ਕੱਟੜ ਇਮਾਨਦਾਰ ਹਾਂ ਹੋਰ ਇਹ ਤੋਂ ਅੱਗੇ ਇਹਨਾਂ ਦੇ ਕੋਲ ਕੋਈ ਗੱਲ ਨਹੀਂ ਅੱਜ ਤੱਕ ਜੀ Chief Minister ਨੇ ਕਦੀ ਵੀ ਸੀਰੀਅਸਲੀ ਪੰਜਾਬ ਦੇ ਲਾਅ ਐਂਡ ਆਰਡਰ ਤੇ ਮੀਟਿੰਗ ਨਹੀਂ ਕੀਤੀ ਕਿਸੇ ਟੈਲੀਵਿਜ਼ਨ ਦੇ ਜਾਂ ਕਿਤੇ ਜਿਹੜੇ ਮੀਡੀਆ ਦੇ ਇੰਟਰੈਕਟ ਕਰੀ ਨਹੀਂ ਕੀਤਾ ਅੱਜ ਜੋ ਇਨਸੀਡੈਂਟ ਹੋਇਆ ਜਾਂ ਸਿੱਧੂ ਮੂਸੇਵਾਲੇ ਦੇ ਟਾਈਮ 'ਚ ਹੋਇਆ ਜੀ ਮੋਕ ਮੰਤਰੀ ਨੇ ਬਿਲਕੁਲ ਇੱਕ ਇਨਕੰਪੀਟੈਂਟ ਚੀਫ ਮਿਨਿਸਟਰ ਵਾਲਾ ਰੋਲ ਪਲੇ ਕੀਤਾ ਜੀ ਉਸ ਵੇਲੇ ਜੋ ਉਹਦਾ ਚਲਾਨ ਪੇਸ਼ ਕੀਤਾ ਗਿਆ ਉਹਦਾ ਤੁਸੀਂ ਵਿਖਿਓ ਕਿ ਹਸ਼ਰ ਕੀ ਹੁੰਦਾ ਪੰਜਾਬ ਪਲੀ ਨੇ ਜੋ ਸਿੱਧੂ ਬੁੱਸੇ ਵਾਲੇ ਦਾ ਚਲਾਨ ਪੇਸ਼ ਕੀਤਾ ਉਹਦਾ ਹਸ਼ਰ ਵਿਖਿਓ ਕੀ ਹੁੰਦਾ ਆਪਾਂ ਮੁੜ ਕੇ ਉਸੇ ਗਲਤੀ ਆਈਏ ਸੂਰੀ ਤੇ ਮੈਂ ਡੈਫੀਨਿਟਲੀ ਕਹਿ ਸਕਦਾ ਜਰੂਰ ਇਨਪੁਟ ਇਹਨਾਂ ਨੂੰ ਮਿਲੀ ਹੋਏਗੀ ਕਿ ਸੂਰੀ ਤੇ ਜਾਂ ਕਿਸੇ ਪੰਜਾਬ ਦੇ ਆਰਮੀ ਦੇ ਉਤੇ ਅਟੈਕ ਹੋ ਸਕਦਾ ਹੈ ਡੈਫੀਨਿਟਲੀ ਇਹਨਾਂ ਕੋਲ ਹੋਏਗੀ ਜਿਵੇਂ ਮੂਸੇਵਾਲੇ ਦੀ ਆਈ ਸੀ ਮੈਂ ਬੜੀ ਅਥਾਰਟੀ ਨਾਲ ਕਹਿ ਰਿਹਾ ਹਾਂ ਕਿ ਇਹਨਾਂ ਕੋਲ ਜ਼ਰੂਰ ਆਈ ਹੋਏਗੀ ਰੰਧਾਵਾ ਸਾਹਿਬ ਤੁਸੀਂ ਪੰਜਾਬ ਪੁਲਿਸ ਬਹੁਤ سارے ਸਵਾਲ ਖੜੇ ਕੀਤੇ ਤੁਸੀਂ ਕਿ ਇੰਟੈਲੀਜੈਂਸ ਇਨਪੁਟ ਵੀ ਹੋਗਾ ਪੁਲਿਸ ਦੀ ਨਫਰੀ ਬਹੁਤ ਸੀਗੀ ਜਦੋਂ ਉੱਥੇ ਸੂਰੀ ਸਾਹਿਬ ਤਰਨਾ ਦੇ ਰਹੇ تھے ਤਾਂ ਪੁਲਿਸ ਦੀ ਨਫਰੀ ਕਹਿੰਦੇ ਕਾਫੀ ਪੁਲਿਸ ਮੁਲਾਜ਼ਮ ਜਿਹੜੇ ਉੱਥੇ ਤਨਾਸ ਸੀ ਮੈਂ ਇਹੀ ਕਹਿ ਰਿਹਾ ਕਿ ਉਹਦਾ ਡੀਜੀਪੀ ਸਾਹਿਬ ਜਵਾਬ ਦੇਣ ਕਿ ਕੀ ਇਨਸਪੈਕਟਰ ਉੱਥੇ ਜਿਹੜੇ ਸਟਾਰ ਲੱਗੇ ਨੇ ਉੱਥੇ ਹੀ ਡੀਐਸਪੀ ਖੜਾ ਉੱਥੇ ਹੀ 15-20 ਆਦਮੀ ਉਹਦੇ ਪਿਛਲੇ ਪਾਸੇ ਖੜੇ ਨੇ AK47 ਵਾਲੇ ਉਹ ਚੋਕ ਕੇ ਕਿ ਸੇਵਾ ਸ਼ਿਵ ਸੈਨਾ ਵਾਲਾ ਡਿਫੈਂਸ ਵਿੱਚ ਫਾਈਟ ਕਰ ਰਿਆ ਤੇ ਕੀ ਗੱਲ ਪੰਜਾਬ ਪੁਲਿਸ ਕਿੱਥੇ ਦੌੜ ਗਈ ਜੀ ਸੂਰੀ ਸਾਹਿਬ ਦੇ ਨਾਲ ਵੀ ਗਾਰਡਸ ਨੇ ਮੈਂ ਇਹੋ ਹੀ ਕਰ ਉਹਨਾਂ ਨੂੰ ਲੈ ਲੋ ਬਾਕੀ ਲੈ ਲੋ ਜਿਹੜੇ ਡੀਐਸਪੀ ਜਨਰਲ ਰਿਸਪੋਨਸਿਬਲ ਬੰਦਾ ਜਿਹਨੇ ਲਾਰਡ ਆਰਡਰ ਦੀ ਸਿਚੁਏਸ਼ਨ ਚਲੋ ਇੱਥੋਂ ਹੀ ਅੱਗੇ ਚੱਲ ਪਵੋ ਕੱਲ ਪ੍ਰਾਈਮ ਮਿਨਿਸਟਰ ਸਭ ਦੀ ਵਿਜ਼ਿਟ ਇਹ ਦੱਸਣਾ ਚਾਹੁੰਦੇ ਨੇ ਇਹਦਾ ਮਤਲਬ ਪ੍ਰਾਈਮ ਮਿਨਿਸਟਰ ਉੱਥੇ ਅਮਰਸਰ ਡਿਸਟ੍ਰਿਕਟ ਚ ਆ ਰਹੇ ਨੇ ਤੇ ਉੱਥੇ ਜੇ ਇਹ ਲੌਂਡ ਆਰਡਰ ਦੀ ਹਾਲਾਤ ਨੇ ਇਹਦੇ ਤੋਂ ਬਾਅਦ ਹੋਰ ਕੀ ਹੋ ਸਕਦਾ ਜੀ ਪ੍ਰਾਈਮ ਮਿਨਿਸਟਰ ਜਿਹੜਾ ਹਾਈਲੀ ਪ੍ਰੋਟੈਕਟਿਡ ਆ ਮੇਰੇ ਖਿਆਲ ਕੋਈ 4-5 ਕੰਟਰੀਆਂ ਦੇ ਵਿੱਚ ਪ੍ਰਾਈਮ ਮਿਨਿਸਟਰ ਆਫ ਇੰਡੀਆ ਉਹ ਉਸ ਪਰ ਉਸ ਕੈਟਾਗਰੀ ਚ ਨੇ ਤੇ ਉਹਦੇ ਮਤਲਬ ਕਿ 40 ਕਿਲੋਮੀਟਰ ਤੇ ਇਹ ਇਨਸੀਡੈਂਟ ਪ੍ਰਾਈਮ ਮਿਨਿਸਟਰ ਦੇ ਆਉਣ ਤੋਂ ਪਹਿਲਾਂ ਹੋ ਰਿਹਾ ਪੰਜਾਬ ਦੇ ਵਿੱਚੋਂ ਜਿਹੜੇ ਕੰਪੀਟੈਂਟ ਆਫੀਸਰ ਨੇ ਉਹ ਦਿੱਲੀ ਨੂੰ ਆਪਣੇ ਡਿਪਟੀਸ਼ਨ ਕਰਾਉਣ ਲਈ ਚੱਲ ਪਏ ਨੇ ਇਹ ਬੜਾ ਵੱਡਾ ਪੰਜਾਬ ਪੁਲਿਸ ਦੇ ਵਿੱਚ ਕੁਐਸ਼ਨ ਮਾਰ ਗਿਆ ਤਾਂ ਸਭ ਤੁਸੀਂ ਪੋਲਿਟੀਸ਼ੀਅਨ ਉਹ ਹਿੰਦੂ ਸਿੱਖ ਭਾਈਚਾਰਾ ਬਰਕਰਾਰ ਰਏ ਦੇ ਲਈ ਅਪੀਲ ਕੋ ਪੰਜਾਬ ਦੇ ਵਿੱਚ ਕਦੀ ਵੀ ਹਿੰਦੂ ਸਿੱਖ ਭਾਈਚਾਰਾ ਨਹੀਂ ਟੁੱਟ ਸਕਦਾ ਕਿੰਨੀ ਜਿੰਨੀ ਮਰਜੀ ਤੁਸੀਂ ਇਹ ਨਾਲ ਜੇ ਟ੍ਰੇਡ ਪਾਉਣ ਦੀ ਕੋਸ਼ਿਸ਼ ਕਰੋ ਗੁਰੂ ਮਹਾਰਾਜ ਨੇ ਇਹੋ ਜੀ ਬਖਸ਼ਿਸ਼ ਕੀਤੀ ਔਰ ਇਹੋ ਜੀ ਇੱਕ ਸਟੇਟ ਹੈ ਜਿਹੜੇ ਕਦੀ ਨਾ Hindu Sikh ਨਾ ਵਾਕੋ ਸਾਧਾ ਤੇ ਨਾ Sikh Hindu ਨਾ ਵਾਕੋ ਸਾਧਾ ਤੇ ਨਾ ਕੋਈ ਹੋਰ ਕਮਿਊਨਿਟੀ ਆਪਸ ਦੇ ਵਿੱਚ ਚਾਰ ਪੰਜ ਕਮਿਊਨਿਟੀ ਪੰਜਾਬ ਦੀ ਕਦੀ ਇੱਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ ਜਿੰਨਾ ਮਰਜ਼ੀ ਕੋਈ ਟਿੱਲ ਲਾ ਲੇ ਇਹ ਭਾਈਚਾਰਾ ਖਤਮ ਨਹੀਂ ਹੋ ਸਕਦਾ ਨਵਸਬਿਕਸ ਸਵਾਲ ਜੈਨ ਚਾ ਰਿਹਾ ਤੁਸੀਂ ਕਹਿ ਰਹੇ ਉੱਥੇ ਪੁਲਿਸ ਖੜੀ ਰਹੀ ਪਿੱਛੇ ਭੱਜ ਗਈ ਪੁਲਿਸ ਨੂੰ ਫਾਇਰ ਕਰਨ ਤੋਂ ਕਿਹਨੇ ਰੋਕਿਆ ਪੁਲਿਸ ਦੇ ਹੱਥ ਕਿਹਨੇ ਬੰਨੇ ਹੋਏ ਸੀਗੇ ਪੁਲਿਸ ਦੀ ਮੇਰੇ ਖਿਆਲ ਲੱਗੇ ਜਾਂ ਤੇ ਡਿਮੋਲਿਸ਼ਨ ਹੀ ਨਿਕਾ ਕੀਆ ਮੈਂ ਤੇ ਇਹੋ ਹੀ ਕਹਾਂਗਾ ਜਿੰਨਾ ਚਿਰ ਕੋਈ ਚੰਗਾ ਜਰਨਲ ਬੈਕਅਪ ਕਰਨ ਵਾਲਾ ਨਹੀਂ ਹੁੰਦਾ ਡੀਜੀਪੀ ਤੇ ਸਵਾਲ ਖੜੇ ਕਰਦੇ ਮੈਨੂੰ ਨਹੀਂ ਪਤਾ ਮੈਦੇ ਜਰਨਲ ਕਿਹਾ ਜਰਨਲ ਚ ਹੋਮ ਮਿਨਿਸਟਰ ਵੀ ਆਉਂਦਾ ਜਰਨਲ ਚ ਡੀਜੀਪੀ ਵੀ ਹੁੰਦਾ ਜਰਨਲ ਚ ਚੀਫ ਮਿਨਿਸਟਰ ਵੀ ਹੁੰਦਾ ਮੈਂ ਉਹ ਕਹਿ ਰਿਹਾ ਜਿਨਾਂ ਚ ਜਰਨਲ ਜਦੋਂ ਕਹੇ ਕਿ ਤਕੜੇ ਹੋ ਜੋ ਠੋਕ ਜੋ ਜਿਹੜੇ ਬੈਡ 엘ਿਮੈਂਟਸ ਨੇ ਐਂਟੀ ਨੈਸ਼ਨਲ 엘ਿਮੈਂਟਸ ਨੇ ਤੇ ਉਹਨੂੰ ਕਦੇ ਵੀ ਜਿਹੜੀ ਪੰਜਾਬ ਪੁਲਿਸ ਪਿੱਛੇ ਨਹੀਂ ਹਟੇ ਕਿ ਸਭ ਤੋਂ ਕਿਉਂ ਕਿ ਲੜੇਗੀ ਠੀਕ ਹੈ ਬਹੁਤ ਮਿਹਰਬਾਨੀ ਕਰ ਬਦਲੀ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਸੁਖਸ਼ਿੰਦਰ ਰੰਧਾਵਾ ਬਹੁਤ ਸਾਰੇ ਸਵਾਲ ਖੜੇ ਕੀਤੇ ਨੇ ਪੁਲਿਸ ਪ੍ਰਸ਼ਾਸਨ ਤੇ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਤੇ ਆਖਰ ਇੰਨੀ ਨਫਰੀ ਹੋਣ ਦੇ ਬਾਵਜੂਦ ਵੀ ਕਿਉਂ ਪੁਲਿਸ ਜਿਹੜੀ ਆ ਵੀਡੀਓਜ਼ ਦੇ ਵਿੱਚ ਪਛਦੀ ਹੋ ਨਜ਼ਰ ਆਈ ਕਿਉਂ ਸ਼ਿਵਸੈਨਾ ਆਗੂ ਖੁਦ ਨੂੰ ਪ੍ਰੋਟੈਕਟ ਕਰਨ ਦੇ ਲਈ ਗੋਲੀ ਚਲਾਉਂਦੇ ਕਿਉਂ ਚਿੱਟੇ ਦੇ ਨਹੀਂ ਤਾੜ-ਤਾੜ ਗੋਲੀਆਂ ਚੱਲਦੀਆਂ ਨੇ ਕਿਉਂ ਗੁਰੂ ਨਗਰੀ ਚ ਇਸ ਤਰ੍ਹਾਂ ਦੀ ਜਿਹੜੀ ਹੈ ਕਤਲ ਜਿਹੜਾ ਚਿੱਟੇ ਦੇ ਨਹੀਂ ਹੋ ਜਾਂਦਾ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਅਮਰitsar ਜ਼ਿਲ੍ਹੇ ਦੇ ਵਿੱਚ ਆਉਂਦੇ ਨੇ ਕੀ ਇੰਟੈਲੀਜੈਂਸ ਕਰਦੀ ਆ ਬਹੁਤ ਸਾਰੇ ਸਵਾਲ ਨੇ ਕੀ ਪੰਜਾਬ ਸਰਕਾਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਸੰਭਾਲਦੇ ਵਿੱਚ ناکਾਮ ਹੈ ਪਰ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਇਸ ਤਰ੍ਹਾਂ ਦੇ ਲਗਾਤਾਰ ਐਲੀਮੈਂਟਸ ਵੱਧਦੇ ਰਹੇ ਨੇ ਪਰ ਹਿੰਦੂ ਸਿੱਖ ਜਿਹੜੀ ਏਕਤਾ ਉਹ ਹਰ ਸਿਰੇ ਤੇ ਜਿਹੜੀ ਆ ਉਹ ਬਰਕਰਾਰ ਰਹੂਗੀ ਕੈਮਰਾਮੈਨ ਰੋਸ਼ਨ ਦੇ ਨਾਲ ਗगन ਸ਼ੁਕਲਾ ਡੇਲੀ ਪੋਸਟ ਪੰਜਾਬੀ